Welcome back. The Punjab Congress President Captain Amrinder Singh has asked the central financial institutions not to extend funds to the Punjab government since it was squandering these for popular schemes. The Punjab Congress MLA Sukhpal Singh Khera has also written to the Chief Election Commissioner to restrain the SAD BJP government from raising what he allegedly said were politically motivated loans from market committees and Punjab Urban Development Authority for electoral gains. Punjab Deputy CM has, however, countered these claims by hurling figures of state's financial health at the Congress. Captain Amrinder Singh, in turn, has quoted from the budget documents to rubbish Subir Singh Badal's claims. To discuss this, we have Dr. D.S. Cheema, advisor to the Punjab Chief Minister, and Jassi Khungura, Congress MLA. Congress ਔਰ ਜਿਹੜਾ ਕਾਂਗਰਸ ਦਾ ਜਿਹੜਾ ਰੁਝਾਨ ਹੈ ਜੋ ਕਾਂਗਰਸ ਕੰਮ ਕਰ ਰਹੀ ਹੈ ਉਹ ਇੱਕ ਤਰੀਕੇ ਨਾਲ ਲੋਕਾਂ ਦੇ ਖਿਲਾਫ ਸਟੇਟ ਦੇ ਹਿੱਤ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਸੈਂਟਰ ਨੂੰ ਜਾ ਕੇ ਕਹੋ ਵੀ ਸਟੇਟ ਫੰਡਸ ਨਾ ਦਿਓ ਸਟੇਟ ਸੰਧੂ ਸਾਹਿਬ ਪਹਿਲੀ ਗੱਲ ਤਾਂ ਵੀ ਅਕਾਲੀ ਬੀਜੇਪੀ ਸਰਕਾਰ ਕਾਨੂੰਨ ਨੂੰ ਕਦੇ ਕਾਨੂੰਨ ਸਮਝਦੇ ਹੀ ਨਹੀਂਗੇ ਇਹਨਾਂ ਦੀ ਪਾਲਿਸੀ ਇਹ ਰਹੀ ਆ ਵੀ ਧੱਕਾਸ਼ਾਹੀ ਨਾਲ ਤੁਸੀਂ ਸਰਕਾਰ ਚਲਾਈ ਚੱਲੋ ਡਜ਼ਨਟ ਮੈਟਰ ਅਬਾਊਟ ਦ ਲਾਅ ਕੌਨਸੀਕੁਐਂਸਿਸ ਅਸੀਂ ਬਾਅਦ 'ਚ ਫੇਸ ਕਰਾਂਗੇ ਅੱਜ ਦੀ ਤਰੀਕ 'ਚ ਤੁਸੀਂ ਪੰਜਾਬ ਚਲੇ ਜਾਓ ਲਿੰਕ ਰੋਡਸ ਕਿਤੇ ਵੀ ਦੇਖ ਲਓ ਵਰਕ ਇਜ਼ ਨੋਟ ਬੀਂਗ ਡਨ ਔਨ ਲਿੰਕ ਰੋਡਸ ਹੁਣ ਜਾਂ ਤਾਂ ਤੁਸੀਂ ਸੰਗਤ ਦਰਸ਼ਨ ਰਾਹੀਂ ਪੈਸੇ ਬਰਬਾਦ ਕਰੋਗੇ ਜਾਂ ਸੜਕਾਂ ਬਣਨਗੀਆਂ ਜਿੱਥੇ ਤੱਕ ਚੀਮਾ ਸਾਹਿਬ ਪੋਪੂਲੈਰਿਟੀ ਦੀ ਗੱਲ ਕਰਦੇ ਆ ਦੇਖੋ ਇਹ ਕਹਿੰਦੇ ਨੇ ਵੀ ਸਰਕਾਰ ਦੀ ਪੋਪੂਲੈਰਿਟੀ ਵਧੀ ਅਤੇ ਕਾਂਗਰਸੀ ਨੈਗੇਟਿਵ ਇਲਜ਼ਾਮ ਲਾਉਣ ਲੱਗ ਗਏ ਅਤੇ ਜੇ ਪੋਪੂਲੈਰਿਟੀ ਦੀ ਗੱਲ ਦੇਖਣੀ ਆ ਫਿਰ ਚੀਮਾ ਸਾਹਿਬ ਇਹੀ ਦੱਸ ਦੇਣ ਵੀ ਪਾਰਲੀਮੈਂਟ ਦੀਆਂ ਸੀਟਾਂ ਕਿੰਨੀਆਂ ਜਿੱਤੀਆਂ ਸੀ ਇਹਨਾਂ ਨੇ ਸਰਕਾਰ ਇਜ਼ ਅਨਪੋਪੂਲਰ ਪਾਰਲੀਮੈਂਟ ਤੇ ਬਾਅਦ ਨਾ ਜਾਈਏ ਹੁਣ ਤੇ ਵਿਧਾਨ ਸਭਾ ਚੋਣ ਆਉਣ ਵਾਲੀ ਹੈ ਬਟ ਰਿਐਲਿਟੀ ਇਜ਼ ਦ ਗਵਰਨਮੈਂਟ ਇਜ਼ ਅਨਪੋਪੂਲਰ ਦ ਗਵਰਨਮੈਂਟ ਇਜ਼ ਕਮਿਟਿੰਗ ਇਲੀਗਲ ਐਕਟੀਵਿਟੀਜ਼ ਜਿਹੜੇ ਫੰਡਸ ਇਹ ਰੇਜ਼ ਕਰ ਰਹੇ ਨੇ ਮੈਜੋਰਿਟੀ ਆਫ ਦੋਸ ਫੰਡਸ ਆਰ ਕਮਿੰਗ ਸਿਗਨੀਫੀਕੈਂਟ ਪੋਰਸ਼ਨ ਫਰੋਮ ਦ ਸੇਲ ਆਫ ਪਬਲਿਕ ਐਸੈਟਸ ਹੁਣ ਦੇਖੋ ਪ੍ਰਾਈਮ ਰੀਅਲ ਇਸਟੇਟ ਆਪਣੇ ਸ਼ਹਿਰਾਂ ਦੇ ਵਿੱਚ ਤੇ ਸ਼ਹਿਰਾਂ ਤੋਂ ਬਾਹਰ ਜਿਹੜੀ ਰੀਅਲ ਇਸਟੇਟ ਖਾਸ ਕਰਕੇ ਯੂ ਸ਼ੁਡ ਕੀਪ ਫੋਰ ਤੁਸੀਂ ਸੈਂਟਰ ਦੇ ਫੰਡਸ ਕਿਉਂ ਰੋਕਣਾ ਚਾਹੁੰਦੇ ਜੀ ਸਟੇਟ ਗਵਰਨਮੈਂਟ ਨੂੰ ਦੇਖੋ ਵੈਨ ਦ ਸਟੇਟ ਇਜ਼ ਨੋਟ ਅਕਾਊਂਟੇਬਲ ਵੈਨ ਦ ਸਟੇਟ ਡਜ਼ਨਟ ਥਿੰਕ ਅਬਾਊਟ ਐਫੀਸ਼ੀਐਂਸੀ ਵੈਨ ਦ ਸਟੇਟ ਇਜ਼ ਕਮਿਟਿੰਗ ਟੂ ਡਾਇਵਰਟਿੰਗ ਦੋਸ ਫੰਡਸ ਫਿਰ ਕਿਉਂ ਨਾ ਤੁਸੀਂ ਫੰਡਸ ਪ੍ਰੋਟੈਕਟ ਕਰੋ ਆਫਟਰ ਆਲ ਇਟਸ ਇਨ ਦ ਪਬਲਿਕ ਇੰਟਰਸਟ ਜੇ ਸੈਂਟਰ ਦੇ ਫੰਡਸ ਉਹ ਵੀ ਪਬਲਿਕ ਇਹ ਵੀ ਕਹਿੰਦੇ ਆ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੋ ਫਿਗਰ ਸਟੈਟਿਸਟਿਕਸ ਦਿੱਤੇ ਆ ਉਹਦੇ 'ਚ ਉਹਨਾਂ ਇਹ ਵੀ ਕਿਹਾ ਵੀ ਜਿਹੜਾ ਮਾਲੀ ਘਾਟਾ ਵਾ ਉਹ ਵੀ 5% ਤੋਂ ਘੱਟ ਰਾ ਕੇ ਤੇ ਹੁਣ 3% ਹੋ ਗਿਆ ਵਾ ਸੋ ਇਹਨਾਂ ਦਾ ਕਹਿਣਾ ਵਾ ਵੀ ਜਿਹੜੀ ਫਿਸਕਲ ਹੈਲਥ ਹੈ ਸਟੇਟ ਦੀ ਉਹ ਅੱਗੇ ਨੂੰ ਇੰਪਰੂਵ ਹੋਈ ਹੈ ਤੁਸੀਂ ਕਹਿੰਦੇ ਇਹਨਾਂ ਦੇ ਸਟੇਟ ਕੋਲ ਪੈਸੇ ਹੈ ਨਹੀਂ ਦੇਖੋ ਮੌਜੂਦਾ ਸਰਕਾਰ ਦੇ ਫਾਈਨੈਂਸ ਮਿਨਿਸਟਰ ਸਾਬਕਾ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਜੇ ਤੁਸੀਂ ਉਹਨਾਂ ਦੀ ਸਟੇਟਮੈਂਟਸ ਦੇਖ ਲਓ ਹੀ ਐਗਜ਼ਿਟਡ ਦਾ ਗਵਰਨਮੈਂਟ ਕਿਉਂਕਿ ਰਿਐਲਿਟੀ ਇਹ ਜਨਤਾ ਦੇ ਮੂਹਰੇ ਆਉਣ ਨਹੀਂ ਦਿੰਦੇ ਸੀਗੇ ਸਰਕਾਰ ਉਹਨੇ ਛੱਡੀ ਪਾਰਟੀ ਉਹਨਾਂ ਨੇ ਛੱਡੀ ਤੇ ਫਿਰ ਉਹਨੇ ਜਨਤਾ ਦੇ ਮੂਹਰੇ ਪੇਸ਼ ਕਰਤਾ ਦਿਸ ਇਜ਼ ਦ ਰਿਐਲਿਟੀ ਉਹਨਾਂ ਦੇ ਪਹਿਲੀ ਗੱਲ ਤੇ ਉਹ ਗੱਲ ਅਕਤੂਬਰ ਦੀ ਸੀਗੀ ਹੁਣ ਤੇ ਆਲਮੋਸਟ 6 ਮਹੀਨੇ ਹੋ ਗਏ ਆ ਦੂਜਾ ਉਹਨਾਂ ਦੇ ਪੋਲੀਟੀਕਲ ਐਂਬੀਸ਼ਨ ਵੀ ਸੀ ਨਾ ਦ ਰਿਐਲਿਟੀ ਇਜ਼ ਦਿਸ ਗਵਰਨਮੈਂਟ ਇਜ਼ ਬੈਂਕਰਪਟ ਦਿਸ ਗਵਰਨਮੈਂਟ ਡਸਨਟ ਹੈਵ ਐਨੀ ਫਿਸਕਲ ਰਿਸਪੋਨਸਿਬਿਲਿਟੀ ਦ ਗਵਰਨਮੈਂਟ ਆਫ ਪੰਜਾਬ ਸਟੇਟ ਆਫ ਪੰਜਾਬ ਇਜ਼ ਵਨ ਆਫ 3 ਸਟੇਟਸ ਦੈਟ ਹੈਵ ਬੀਨ ਆਇਡੈਂਟੀਫਾਈਡ ਬਾਈ ਦ ਯੂਨੀਅਨ ਗਵਰਨਮੈਂਟ ਐਸ ਬੀਇੰਗ ਇਨ ਫਾਈਨੈਂਸ਼ੀਅਲ ਡਿਸਟ੍ਰੈਸ ਪੰਜਾਬ ਵੈਸਟ ਬੰਗਾਲ ਤੇ ਕੇਰਲਾ ਇੱਕ ਨੰਬਰ ਦੀ ਸਟੇਟ ਹੁੰਦੀ ਸੀ ਇਹ ਕਿੱਥੇ ਤੱਕ ਉਹਨੂੰ ਲੈ ਗਏ ਇਕੁਏਟਿੰਗ ਇਟ ਵਿਦ ਵੈਸਟ ਬੰਗਾਲ ਐਂਡ ਕੇਰਲਾ ਬੜੀ ਅਫਸੋਸ ਦੀ ਗੱਲ ਆ ਦੇਖੋ ਅਕਾਲੀ ਪਾਰਟੀ ਨੇ ਕਦੇ ਵੀ ਫਾਈਨੈਂਸ਼ੀਅਲ ਰਿਸਪੋਨਸਿਬਿਲਟੀ ਦੇ ਨਾਲ ਸਰਕਾਰ ਨਹੀਂ ਚਲਾਈ ਇਹ ਕਹਿੰਦੇ ਨੇ ਖਰਚੋ ਕਰਜ਼ਾ ਲਓ ਤੇ ਕੌਨਸੀਕੁਐਂਸਿਸ ਬਾਅਦ ਦਿਖਾਂਗੇ ਦੈਟ ਇਜ਼ ਪਰ ਇਹ ਦੱਸੋ ਕਿ ਜਿਹੜੀ ਇਸ ਵੇਲੇ ਮਾਲੀ ਹਾਲਤ ਹੈ ਸਟੇਟ ਦੀ ਉਹ ਅੱਗੇ ਨਾਲੋਂ ਬੈਟਰ ਹੋਈ ਆ ਕਿ ਵਰਸ ਹੋਈ ਆ ਕਰਜ਼ਾ ਕਿੱਥੇ ਤੱਕ ਲੱਗੇ 80,000 ਕਰੋੜ ਦਾ ਕਰਜ਼ਾ ਲੈ ਗਏ ਇਹਨਾਂ ਨੂੰ ਪੁੱਛੋ ਚੀਮਾ ਸਾਨੂੰ ਵੀ ਗਾਰੰਟੀਆਂ ਕਿੰਨੀਆਂ ਦਿੱਤੀਆਂ ਹੋਈਆਂ ਗਾਰੰਟੀਜ਼ ਗਿਵਨ ਬਾਈ ਦ ਸਟੇਟ ਆਫ ਪੰਜਾਬ ਟੋਟਲ ਇਨ ਐਕਸੈਸ ਆਫ 100,000 ਕਰੋੜਸ ਇਹ ਤਾਂ ਹੁਣ ਜੋ ਨਵੀਂ ਸਰਕਾਰ ਬਣੂਗੀ ਉਦੋਂ ਕਿਤਾਬਾਂ ਦੇਖਾਂਗੇ ਸਾਨੂੰ ਅੱਜ ਦੇ ਤਰੀਕ ਤੱਕ ਐਕਸੈਸ ਦਿੰਦੇ ਨਹੀਂਗੇ ਵੀ ਡੋਨਟ ਹੈਵ ਐਕਸੈਸ ਟੂ ਦ ਬੁੱਕਸ ਦ ਗਵਰਨਮੈਂਟ ਹੈਜ਼ ਨੈਵਰ ਹੈਡ ਮੋਰ ਡੈਟ ਦੈਨ ਇਟ ਹੈਜ਼ ਟੂਡੇ ਡਾਕਟਰ ਜੀ ਬਾਈ ਕਹਿ ਰਹੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਤੁਹਾਨੂੰ ਯਾਦ ਹੋਣਾ ਜਦੋਂ ਸੁਖਬੀਰ ਬਾਦਲ ਜੀ ਉਪ ਮੁੱਖ ਮੰਤਰੀ ਬਣੇ ਉਹਨਾਂ ਨੇ ਤਕਰੀਬਨ 4 ਦਿਨ ਲਈ ਉਹਨਾਂ ਨੇ ਵੀ ਗੱਲ ਕੀਤੀ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਫਿਰ ਚੁੱਪ ਕਰ ਗਏ ਕਿਉਂਕਿ ਕਹਾਣੀ ਜਿਹੜੀ ਸ਼ੁਰੂ ਕੀਤੀ ਉਹਨਾਂ ਨੂੰ ਡੀਟੇਲਸ ਦਾ ਪਤਾ ਨਹੀਂ ਹੁੰਦਾ ਕਦੇ ਹੁਣ ਵੀ ਕਰਦੇ ਆ ਬੜੇ ਅਫਸੋਸ ਦੀ ਗੱਲ ਆ ਬਾਦਲ ਸਾਹਿਬ ਚੌਥੀ ਵਾਰੀ ਮੁੱਖ ਮੰਤਰੀ ਬਣੇ ਨੇ ਜੀ ਲਾਥੀਆਂ ਚੱਲੀਆਂ ਪੱਗਾਂ ਲਾਈਆਂ ਇੱਕ ਪਾਸੇ ਗੁਰਦੁਆਰੇ ਦੀ ਚੋਣਾਂ ਹੋ ਰਹੀਆਂ ਇੱਕ ਪਾਸੇ ਪੱਗਾਂ ਆਪਣੇ ਛਪਾਰ ਦੀ ਧਰਤੀ ਤੇ ਲਾ ਰਹੇ ਨੇ ਇਹ ਉਹੀ ਛਪਾਰ ਦੀ ਧਰਤੀ ਹੈ ਜਿੱਥੇ ਬਾਦਲ ਸਾਹਿਬ ਨੇ 14 ਸਾਲ ਪਹਿਲਾਂ ਹੱਥ ਜੋੜ ਕੇ ਵੋਟਾਂ ਮੰਗੀਆਂ ਸੀਗੀਆਂ ਵੀ ਬਾਦਲ ਸਾਹਿਬ ਤੁਸੀਂ ਕਾਂਗਰਸ ਦਾ ਇਕੱਠ ਦੇਖ ਕੇ ਬਖਲਾ ਗਏ ਤੁਸੀਂ ਕਾਂਗਰਸ ਦਾ ਇਕੱਠ ਤੋਂ ਬਰਦਾਸ਼ਤ ਨਹੀਂ ਹੋਇਆ ਜੇ 4 ਬੰਦਿਆਂ ਨੇ ਆਵਾਜ਼ ਖੜੀ ਕਰ ਲਈ 40 ਬੰਦਿਆਂ ਨੇ ਆਵਾਜ਼ ਖੜੀ ਕਰ ਲਈ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਉਹਨਾਂ ਦੀ ਪੱਗਾਂ ਲਾਹੋ ਬਾਦਲ ਸਾਹਿਬ ਨੂੰ ਸਾਰੇ ਲਾਈਨਮੈਨਾਂ ਨੂੰ ਸਾਰੇ ਸਰਕਾਰੀ ਇੰਪਲੋਈਜ਼ ਤੋਂ ਤੇ ਸਾਰੀ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਆ ਇਟ ਇਜ਼ ਨਾਟ ਰਾਈਟ ਵੀ ਗੁਰਦੁਆਰੇ ਦੀਆਂ ਚੋਣਾਂ ਹੋਣ ਤੇ ਤੁਸੀਂ ਸਿੱਖਾਂ ਦੀਆਂ ਪੱਗਾਂ ਲਾਹੋ ਪਰ ਜੱਸੀ ਜੀ ਜਦੋਂ ਮੁੱਖ ਮੰਤਰੀ ਆਪਣੀ ਰੈਲੀ ਨੂੰ ਐਡਰੈਸ ਕਰ ਰਹੇ ਸੀ ਉਹਨਾਂ ਦਾ ਵੀ ਐਜ਼ ਚੀਫ ਮਿਨਿਸਟਰ ਹੱਕ ਬਣਦਾ ਵਾ ਵੀ ਆਪਣੀ ਗੱਲ ਲੋਕਾਂ ਨੂੰ ਕਹਿ ਸਕਣ ਉਹਨਾਂ ਦੀ ਰੈਲੀ ਨੂੰ ਡਿਸਟਰਬ ਕਰਨਾ ਜਿਵੇਂ ਇਸ ਤਰ੍ਹਾਂ ਦੀ ਕੋਸ਼ਿਸ਼ ਹੋਈ ਆ ਇਹ ਵੀ ਤਾਂ ਗਲਤ ਹੈ ਨਾ ਦੇਖੋ ਰਾਈਟ ਟੂ ਹੈਕਲ ਇਜ਼ ਅ ਫੰਡਾਮੈਂਟਲ ਰਾਈਟ ਰਾਈਟ ਟੂ ਹੈਕਲ ਇਜ਼ ਅ ਫੰਡਾਮੈਂਟਲ ਰਾਈਟ ਜਿਹੜੇ ਹਮਲੇ ਹੋਏ ਨੇ ਇਹ ਟੈਂਟ ਦੇ ਅੰਦਰ ਤਾਂ ਹੋਏ ਨਹੀਂ
ਇਹ ਜਿਹੜੇ ਕਹਿੰਦੇ ਨੇ ਵੀ ਟੈਂਟ ਦੇ ਅੰਦਰ ਸੀਗੇ, ਇਹ ਸਾਰੇ ਹਮਲੇ ਤਾਂ ਟੈਂਟ ਤੋਂ ਬਾਹਰ ਹੋਏ ਨੇ, ਟੈਂਟ ਦੇ ਬਾਹਰ ਨਹੀਂ ਹੁੰਦੇ, ਇਹਨਾਂ ਵਿੱਚ ਜਾ ਕੇ ਜਿਹੜੇ ਸਮੋਕਰ ਜਾਂਦੇ ਉਹ ਭੱਜਦੜ ਮੱਚਦੇ ਆ, ਭੱਜਦੜ ਦੇ ਵਿੱਚ ਕਿਸੇ ਦੇ ਇੰਨੇ ਜਦੋਂ 50,000 ਇਨੋਸੈਂਟ ਪੀਪਲ ਬਚੇਸ, ਇਨੋਸੈਂਟ ਪੀਪਲ ਬਚੇਸ 50,000 ਤੁਸੀਂ ਪਤਾ ਨਹੀਂ ਕਿੱਥੋਂ ਲੈਣੇ, ਦੇਖ ਲਾਂਗੇ ਚੋਣਾਂ ਆ ਰਹੀਆਂ 6 ਮਹੀਨੇ ਨੂੰ, ਦੇਖਾਂਗੇ ਕਿੰਨੇ ਵੋਟਾਂ ਨਿਕਲਦੇ, ਇਹਦੇ ਤਾਂ ਕੋਈ ਤੇ ਕੋਈ ਐਕਸ਼ਨ ਨਹੀਂ ਹੋਊਗੀ ਜਿੰਨਾ ਮਰਜ਼ੀ ਆਪਾਂ ਰੌਲਾ ਪਾਈਏ, ਨਾ ਇਹਨਾਂ ਨੇ ਪੁਲਿਸ ਤੇ ਐਕਸ਼ਨ ਲੈਣਾ, ਨਾ ਇਹਨਾਂ ਨੇ ਆਪਦੇ ਅਕਾਲੀ ਵਰਕਰ ਤੇ ਗੁੰਡੇ ਜਿਹੜੇ ਛੱਡੇ ਹੋਏ ਸੀ ਉਹਨਾਂ ਤੇ ਐਕਸ਼ਨ ਲੈਣਾ, ਐਕਸ਼ਨ ਕੌਣ ਲਊਗੀ, ਐਕਸ਼ਨ ਲਊਗੀ ਆਉਣ ਵਾਲੀ ਸਰਕਾਰ, ਵੀਡੀਓਗ੍ਰਾਫਿਕ ਐਵੀਡੈਂਸ ਹੈਗਾ ਜਿਨ੍ਹਾਂ ਨੇ ਵੀ ਐਕਸੈਸ ਫੋਰਸ ਯੂਜ਼ ਕੀਤੀ ਆ, ਜਿਨ੍ਹਾਂ ਨੇ ਵੀ ਇਨੋਸੈਂਟ ਲਾਈਨਮੈਨਸ ਦੇ ਹੱਥ ਚੱਕਿਆ, ਆਉਣ ਵਾਲੀ ਸਰਕਾਰ ਸਾਰਿਆਂ ਤੇ ਐਕਸ਼ਨ ਕੋ ਠਹਿਰ ਜੀ ਮਾ ਸਾਹਿਬ, ਤੁਸੀਂ ਵੀ ਸਿੱਖੋ, ਸਿੱਖਾਂ ਦੀਆਂ ਪੱਗਾਂ ਲਾਈਆਂ, ਲਾਠੀਆਂ ਚਲਾਈਆਂ, ਦੇਖੋ ਪੱਗਾਂ ਦੀ ਮਾਫੀ ਤਾਂ ਮੈਂ ਕਿਸੇ ਨੂੰ ਉੱਤੇ ਨਾ ਦੇਣੀ, ਦੋ ਨੀਤੀਆਂ ਹੋ ਗਈਆਂ ਵਾ, ਦੋਗਲੀ ਗੱਲ ਹੋ ਗਈ ਹੈ, ਇੱਥੇ ਮੋਹਾਲੀ ਦੇ ਵਿੱਚ ਇੱਕ ਪੱਗ ਉਤਰੀ ਸੀਗੀ ਇੱਕ ਸਿੱਖ ਨੌਜਵਾਨ ਦੀ, ਉਸ ਤੋਂ ਬਾਅਦ ਇਨਕੁਆਇਰੀ ਕਮੇਟੀ ਬੈਠੀ ਸੀ, ਇਨਕੁਆਇਰੀ ਹੋਈ ਸੀ, ਕੇਸ ਰਜਿਸਟਰ ਹੋਇਆ ਸੀ, ਔਰ ਇੱਥੇ ਤੇ ਸ਼ਾਇਦ ਕਈ ਪੱਗਾਂ ਲੱਗੀਆਂ, ਆਫਸਰ ਨੇ ਮਾਫੀ ਮੰਗੀ ਸੀ, ਦੇਖੋ ਮੈਂ ਕਹਿੰਦਾ ਜਿੱਥੇ ਕੋਈ ਗਲਤੀ ਹੋਈ ਹੋਗੀ, ਕਿਸੇ ਨੇ ਗਲਤੀ ਕੀਤੀ ਹੋਏਗੀ, ਉਹਦੇ ਤੇ ਐਕਸ਼ਨ ਹੋ ਸਕਦਾ ਸੀ, ਕਦੀ ਵੀ ਇਸ ਗੱਲ ਨੂੰ ਐਨਕਰੇਜ ਨਹੀਂ ਕਰਦੇ, ਫਿਰ ਤੁਸੀਂ ਨਾ ਵਾਇਰਸ ਨੂੰ ਐਨਕਰੇਜ ਕਰਦੇ ਹੋ, ਨਾ ਚਲੋ ਕਸੀ ਜੀ ਇਹ ਬੜੀ ਅੱਛੀ ਗੱਲ ਹੈ ਕਿ ਚੀਮਾ ਸਾਹਿਬ ਇੱਥੇ ਕਮਿਟ ਕਰਕੇ ਜਾ ਰਹੇ ਆ ਵੀ ਜੇ ਐਵੀਡੈਂਸ ਹੋਊਗਾ ਤੇ ਉਹਨਾਂ ਸਾਰਿਆਂ ਦੇ ਖਿਲਾਫ ਜਸਟਿਸ ਹੋਣਗੇ, ਵੀਡੀਓਗ੍ਰਾਫਿਕ ਐਵੀਡੈਂਸ ਆਪਣੇ ਮੂਹਰੇ ਆ, ਆਈ ਗਾਰੰਟੀ ਯੂ ਨਥਿੰਗ ਇਜ਼ ਗੋਇੰ ਟੂ ਹੈਪਨ। ਯੂ ਆਲਸੋ ਰਨ ਅ ਵੈਰੀ ਫੇਮਸ ਹੋਟਲ ਇਨ ਲੁਧਿਆਣਾ, ਵਾਟ ਇਜ਼ ਯੋਰ ਪਰਸਨਲ ਓਪੀਨੀਅਨ, ਵਾਟ ਸ਼ੁਡ ਬੀ ਦ ਡ੍ਰਿੰਕਿੰਗ ਏਜ, 18 21 25 ਔਰ ਮੇਬੀ ਇਨ ਵਰਧਾ ਇਨ ਮਹਾਰਾਸ਼ਟਰਾ I think the minimum drinking age is 30 years. 30 years. Thank God they didn't say that you can only drink after retirement. Sandhu sahab, eh thodi gal theek hai, saada aapda hotel Ludhiana ch. Ji. Naal di naal mere kol 40 saal da UK da experience aa. Main aap university UK ch sari padhai meri utthe sigi. And jadon aapa compare kariye rules in America, rules in Europe and rules in India. One has to be conscious that why is there an age limit? The age limit is because we don't want a culture to develop. Now there is a social stigma to excessive drinking. ਤੇ ਜੇ ਆਪਾਂ ਨੌਜਵਾਨਾਂ ਨੂੰ ਖੁੱਲ੍ਹੀ ਛੁੱਟੀ ਦੇਵਾਂਗੇ ਵੀ ਛੋਟੀ ਉਮਰ ਤੋਂ ਤੁਸੀਂ ਪੀਣ ਲੱਗ ਜਾਓ, then that can become habitual. ਤੇ ਆਪਾਂ habit formation ਰੋਕਣੀ ਹੈ. So ਤੇਰੇ ਸਾਹਿਬ ਨਾਲ 25 years is ਠੀਕ ਹੈ? My personal opinion, 25 years is the right limit. And the reason for that is this. Most people go to colleges and universities from the age of 17 or 18. And if we legally allow them to drink, then that culture which I've seen in the UK, But ਜੱਸੀ ਜਿਹੜੀ ਮੈਰਿਜ ਦੀ ਏਜ ਹੈ 21 ਸਾਲ ਆ, ਸੋ ਇਹਦਾ ਮਤਲਬ ਹੈ ਕਿ ਆਪਣੀ ਮੈਰਿਜ ਸੈਲੀਬ੍ਰੇਸ਼ਨ ਦੇ ਵਿੱਚ ਵੀ ਜਿਹੜਾ ਬੰਦਾ ਵਾ ਹੀ ਇਜ਼ ਨਾਟ ਅਲਾਊਡ ਟੂ ਡਰਿੰਕ ਲੀਗਲੀ, ਦੈਟਸ ਅ ਲਾਅ ਆਫ ਦ ਲੈਂਡ, ਦੈਟਸ ਵਾਟ ਸ਼ੁੱਡ, ਦੈਟਸ ਬਟ ਯੂ ਆਰ ਸੇਇੰਗ ਦੈਟ ਵੀ ਸ਼ੁੱਡ ਨਾਟ ਚੇਂਜ ਦ ਲਾਅ ਐਂਡ ਵੀ ਸ਼ੁੱਡ ਕੀਪ ਇਟ ਐਟ 25। ਇਫ ਯੂ ਵਾਂਟ ਟੂ ਹੈਵ ਅ ਹਾਰਮੋਨੀਅਸ ਐਟਮੋਸਫੇਅਰ ਇਨ ਆਰ ਕਾਲਜਸ ਐਂਡ ਯੂਨੀਵਰਸਿਟੀਜ਼, ਦੈਨ ਯੂ ਹੈਵ ਗਾਟ ਟੂ ਹੈਵ ਅ ਡਬਲ ਥਿੰਕ ਅਬਾਊਟ ਅਲਾਊਇੰਗ ਐਲਕੋਹਲ ਪ੍ਰੀਮੈਚੁਰਲੀ। ਲੈਟ ਦਮ ਡਰਿੰਕ ਐਟ ਅ more advanced stage in their life, when it won't have a detrimental effect on their studies, when it won't have a detrimental effect on their health, and when it won't have a detrimental effect on their family life. I think 25 is right. That's interesting. That comes with experience from a